प्यारे विद्यार्थियों, ये बेटा तुहाडा डिपार्टमेंट वालों भेजा हुआ सैंपल पेपर है, जो इस बारी तुहाडे पेपर होने ने अगस्त दे विच। सिलेबस तुहानू पता भी अप्रैल एंड मई दे विच जो तुहाडे टीचर ने कराया उहदे विचों ही तुहाडा पेपर सैटअप होना। सो इहदी वधिया ढंग नाल तैयारी कर लियो। इस तरह एक आपां 2021 दे विच जो पेपर होया सी जां 2020 दे विच पेपर होया सी ਉਹਦੇ ਵੀ ਆਪਾਂ ਨੇ ਸੈਂਪਲ ਪੇਪਰ ਦੇ ਵੀਡੀਓ ਆਪਣੇ ਚੈਨਲ 'ਤੇ ਪਾ ਰੱਖੀਆਂ ਨੇ, ਇਹਨਾਂ ਨੂੰ ਵੀ ਜ਼ਰੂਰ ਦੇਖ ਲਿਓ ਤਾਂ ਜੋ ਤੁਹਾਡੇ ਪੂਰੇ ਵਧੀਆ ਨੰਬਰ ਆ ਸਕਣ। ਪੱਕੇ ਪੇਪਰਾਂ ਦੇ ਵਿੱਚ ਵੀ ਇਹ ਵੀਡੀਓ ਤੁਹਾਡੇ ਕੰਮ ਆਊਗੀ। ਅਤੇ ਤੁਹਾਡਾ ਜਿਹੜਾ ਪੇਪਰ ਦਾ ਪੈਟਰਨ ਹੈ ਉਹ 1 ਤੋਂ ਲੈ ਕੇ 16 ਤੱਕ ਪ੍ਰਸ਼ਨ ਤੁਹਾਡੇ 21 ਅੰਕ ਦੇ ਨੇ, ਅਤੇ 17 ਤੋਂ ਲੈ ਕੇ 28 ਤੱਕ ਜਿਹੜੇ ਪ੍ਰਸ਼ਨ ਆਉਣੇ ਤੁਹਾਡੇ ਉਹ 2-2 ਅੰਕ ਦੇ ਨੇ। हो सकता इहदे विच कोई तुहाडे टीचर तब्दीली कर देण, इत्थे कुछ सवाल विचों 4-4 अंकां दे वी पा देण, पर आपां तैयारी जिहड़ा विभाग दा सैंपल पेपर उहदे अकॉर्डिंग ही कर रहे हां। चलो आपां स्टार्ट करिए। एक वास्तविक संख्या ए बहुपद एफ एक्स दा सिफर कदों कहाउंदी है? ए एफ एक्स दा सिफर कदों कहाउंदी है? जदों ए इहनूं की बना देवे? जीरो। सिफर का मतलब इन्हें जीरो बना दे। जो एक्स की जगह पर आप मुल कि रख दिए, ए रख दिए, ए भर दिए, तो वह जीरो बन जाए। उन्होंने वो की बोलते हैं? सिफर बोलते हैं, जीरो बोलते। एफ ए बराबर जीरो जिथे भी नज़र आता टिक लगा दो। जेकर पी एक प्राइम नंबर है, अपास संख्या है, अते पी किनू डिवाइड करता? के स्केयर। जिमें 3 है, मान लो 81 डिवाइड करता है, 81 की है? 9 ਦਾ ਸਕੇਅਰ। ਤਾਂ ਜਿਹੜਾ ਪੀ ਹੈ ਕੀ ਉਹ 9 ਨੂੰ ਵੀ ਡਿਵਾਈਡ ਕਰੂਗਾ? ਹਾਂਜੀ। ਜੇ ਉਹ ਕਿਸੇ ਰਕਮ ਦੇ ਸਕੇਅਰ ਨੂੰ ਡਿਵਾਈਡ ਕਰਦਾ ਤਾਂ ਉਸ ਰਕਮ ਨੂੰ ਵੀ ਡਿਵਾਈਡ ਕਰੂਗਾ। ਉਸ ਰਕਮ ਮਤਲਬ ਪੀ ਕੇ ਸਕੇਅਰ ਨੂੰ ਡਿਵਾਈਡ ਕਰਦਾ, ਪੀ ਕੇ ਨੂੰ ਵੀ ਡਿਵਾਈਡ ਕਰੂਗਾ ਜਦੋਂ ਪੀ ਕੀ ਹੈ ਇੱਕ ਅਭਾਸ ਸੰਖਿਆ ਜਾਂ ਪ੍ਰਾਈਮ ਨੰਬਰ। ਤਾਂ ਪਹਿਲੇ ਦਾ ਸੀ ਅਤੇ ਦੂਜੇ ਦਾ ਕੇ ਆਂਸਰ ਲਾਉਣਾ। ਦੋ ਲਗਾਤਾਰ ਅਭਾਸ ਸੰਖਿਆਵਾਂ ਦਾ ਮੰਮਾ ਸੱਸਾ ਵਾਵਾ ਕਿੰਨਾ ਹੁੰਦਾ? ਇਹਨਾਂ ਨੇ ਵੈਸੇ ਲਗਾਤਾਰ ਲਿਖਤਾ, ਜੇ ਲਗਾਤਾਰ ਨਾ ਲਿਖਦੇ ਤਦ ਵੀ ਕੋਈ ਵੀ ਪ੍ਰਾਈਮ ਨੰਬਰ ਲੈ ਲਓ, ਇਹਨਾਂ ਦਾ ਜਿਹੜਾ ਮੰਮਾ ਸੱਸਾ ਵਾਵਾ ਉਹ ਕਿੰਨਾ ਹੁੰਦਾ? ਇੱਕ ਹੀ ਹੁੰਦਾ। ਮੰਨ ਲਓ 3 ਅਤੇ 11 ਗਾ, ਇਹ ਲਗਾਤਾਰ ਨਹੀਂ ਹੈਗੇ, ਇਹਨਾਂ ਦਾ ਵੀ ਐਚ ਸੀ ਐਫ ਹੈ ਜੋ ਉਹ ਕਿੰਨਾ ਹੁੰਦਾ? ਇੱਕ ਹੀ ਹੁੰਦਾ। ਇੱਕ ਥੈਲੇ ਵਿੱਚ 3 ਨੀਲੀਆਂ, 2 ਸਫੇਦ ਅਤੇ 4 ਲਾਲ ਬੰਟੇ ਹਨ। 3 ਤਾਂ ਬਲੂ ਕਲਰ ਦੇ ਨੇ, 2 ਵਾਈਟ ਨੇ, ਅਤੇ 4 ਕੀ ਨੇ? ਰੈੱਡ ਨੇ। ਇੱਕ ਬੰਟਾ ਕੱਢਿਆ ਚਾਹਨ ਕਿਸੇ ਰੰਗ ਦਾ ਵੀ ਹੋਵੇ ਤਾਂ ਉਹਨਾਂ 'ਚੋਂ ਕਿਹੜੇ ਸੰਭਾਵਨਾ ਜ਼ਿਆਦਾ ਵੱਧ ਹੈ? ਤਾਂ ਕਿਸੇ ਵੀ ਰੰਗ ਦੇ ਬੰਟੇ ਦੇ ਨਿਕਲਣ ਦੀ ਵੱਧ ਜ਼ਿਆਦਾ ਸੰਭਾਵਨਾ ਕੀ ਹੋ ਸਕਦੀ ਹੈ? ਹੁਣ ਮੰਨ ਲਓ ਬਲੂ ਨਿਕਲਦਾ ਤਾਂ ਟੋਟਲ ਬੰਟੇ ਕਿੰਨੇ ਸੀ? 9। 3 ਅਤੇ 2 5 ਅਤੇ 4 9। ਵਾਈਟ ਦੀ 2/9, ਰੈੱਡ ਦੀ 4/9। ਠੀਕ ਹੈ, ਤਾਂ ਇਹਦੇ ਵਿੱਚ ਇੱਥੇ ਕਨਫਿਊਜ਼ਨ ਖੜੀ ਹੋ ਗਈ ਵੀ ਕਿਹੜਾ ਵੱਧ ਹੈ। ਵੱਧ ਤਾਂ ਹੁਣ 4/9 ਹੈ, ਪਰੰਤੂ ਇੱਥੇ 4/9 ਆਂਸਰ ਹੈ ਨਹੀਂ। ਐਕਚੁਅਲ 'ਚ ਕਹਿਣਾ ਕੀ ਚਾਹੁੰਦਾ? ਕਿਸੇ ਵੀ ਰੰਗ ਦਾ ਬੰਟਾ, ਮਤਲਬ ਜਦੋਂ ਬੰਟਾ ਕੱਢੀਏ ਤਾਂ ਕੋਈ ਵੀ ਰੰਗ ਦਾ ਹੋਵੇ, ਮਤਲਬ ਨੀਲਾ ਵੀ ਆਪਾਂ ਨੂੰ ਮਨਜ਼ੂਰ ਹੈ, ਸਫੈਦ ਵੀ ਮਨਜ਼ੂਰ ਹੈ, ਅਤੇ ਲਾਲ ਵੀ ਮਨਜ਼ੂਰ ਹੈ। ਤਾਂ ਆਪਾਂ ਉਰੇ ਲਵਾਂਗੇ 9/9, ਕੱਟ ਕੇ ਕਿੰਨਾ ਆ ਗਿਆ? 1। ਤਾਂ ਆਪਣਾ ਵੱਧ ਤੋਂ ਵੱਧ ਸੰਭਾਵਨਾ ਕਿੰਨੀ ਲਵਾਂਗੇ ਆਪਾਂ? 1। ਕੋਈ ਵੀ ਰੰਗ ਦਾ ਬੰਟਾ ਨਿਕਲੇ 1। ਜੇ ਇੱਥੇ 4/9 ਹੁੰਦਾ ਤਾਂ ਆਪਾਂ 4/9 ਆਂਸਰ ਲੈ ਸਕਦੇ ਸੀ। ਠੀਕ ਹੈ, ਬਾਕੀ ਥੋੜ੍ਹਾ ਜਿਹਾ ਇੱਥੇ ਕਨਫਿਊਜ਼ਿੰਗ ਜਿਹਾ ਸਵਾਲ ਪਾਇਆ ਹੈ। ਜੇ ਇੱਥੇ ਰੰਗ ਦੇ ਦਿੰਦੇ ਤਾਂ ਆਪਾਂ ਰੰਗ ਦੇ ਮੁਤਾਬਕ ਚੱਲਦੇ, ਪਰ ਰੰਗ ਇਹਨਾਂ ਨੇ ਦਿੱਤਾ ਨਹੀਂ, ਇਸ ਕਰਕੇ ਆਪਾਂ ਆਂਸਰ 1 ਹੀ ਜ਼ਿਆਦਾ ਜਸਟੀਫਾਈ ਹੈ। ਜੇਕਰ ਪੀ ਐਕਸ ਬਰਾਬਰ ਏ ਐਕਸ ਦੀ 2, ਪੰਜਵੇਂ ਸਵਾਲ ਕਰ ਰਹੇ ਆਪਾਂ, 1 2 ਘਾਤੀ ਬਹੁਪਦ ਹੈ ਤਾਂ ਸੀ ਵਟੇ ਏ ਕੀ ਹੁੰਦਾ? ਏ ਐਕਸ ਦੀ 2 ਪਲੱਸ ਬੀ ਐਕਸ ਪਲੱਸ ਸੀ, ਤਾਂ ਸੀ ਵਟੇ ਏ ਕੀ ਰੀਪ੍ਰਜੈਂਟ ਕਰਦਾ? ਤਾਂ ਸਭ ਨੂੰ ਪਤਾ ਮਾਈਨਸ ਬੀ ਵਟੇ ਏ ਦਾ ਮਤਲਬ ਹੁੰਦਾ ਜੋੜ, ਅਤੇ ਸੀ ਵਟੇ ਏ ਦਾ ਮਤਲਬ ਹੁੰਦਾ ਗੁਣਨ ਫਲ। ਕਾਹਦਾ ਗੁਣਨ ਫਲ? ਉਹਦੇ ਰੂਟਾਂ ਦਾ, ਉਹਦੀਆਂ ਜੀਰੋਆਂ ਦਾ।
ਤਾਂ ਜੀਰੋ ਦਾ ਉਰੇ ਕੀ ਹੋ ਗਿਆ ਸੀ ਵਟੇ ਏ ਗੁਣਨ ਫਲ। ਤਾਂ ਜਿੱਥੇ ਗੁਣਨ ਫਲ ਨਜ਼ਰ ਆਉਂਦਾ ਉੱਥੇ ਟਿੱਕ ਲਗਾ ਦਿਉ, ਸਿਫਰਾਂ ਦਾ ਗੁਣਨ ਫਲ। ਅੱਗੇ ਚੱਲੀਏ ਆਪਾਂ, ਜੇਕਰ ਸਮੀਕਰਨ ਕੇ ਐਕਸ ਮਾਈਨਸ ਵਾਈ ਅਤੇ ਛੇ ਐਕਸ ਮਾਈਨਸ ਦੋ ਵਾਈ ਬਰਾਬਰ ਤਿੰਨ ਦਾ ਇੱਕ ਵਿਲੱਖਣ ਹੱਲ ਹੋਵੇ, ਯੂਨੀਕ ਸਲਿਊਸ਼ਨ, ਤਾਂ ਕੇ ਦਾ ਮੁੱਲ ਕਿੰਨਾ ਹੋਵੇਗਾ? ਆਪਾਂ ਨੂੰ ਪਤਾ ਕੇ ਵਟੇ ਛੇ ਬਰਾਬਰ ਨਹੀਂ, ਘਟਾਓ ਇੱਕ ਵਟੇ ਘਟਾਓ ਦੋ। ਐਕਸਾਂ ਦੇ ਕੰਪੋਨੈਂਟ ਅਤੇ ਵਾਈਆਂ ਦੇ ਜਿਹੜੇ ਮੂਰਲੇ ਕੰਪੋਨੈਂਟ ਨੇ ਉਹਨਾਂ ਨੂੰ ਆਪਾਂ ਲਿਖਣਾ ਹੁੰਦਾ ਏ ਵਨ ਵਟੇ ਏ ਟੂ ਬਰਾਬਰ ਨਹੀਂ ਬੀ ਵਨ ਵਟੇ ਬੀ ਟੂ। ਤਾਂ ਇੱਥੋਂ ਘਟਾਓ ਨਾ ਘਟਾਓ ਕੱਟ ਗਈ, ਤਾਂ ਕੇ ਦੀ ਵੈਲਿਊ ਕਿੰਨੀ ਬਣ ਗਈ? ਛੇ ਵਟੇ ਦੋ। ਕੱਟ ਕੇ ਕਿੰਨਾ ਆ ਗਿਆ? ਤਿੰਨ। ਤਾਂ ਆਂਸਰ ਕਿੰਨਾ? ਕੇ ਬਰਾਬਰ ਨਹੀਂ ਤਿੰਨ, ਮਤਲਬ ਜਿਹੜਾ ਕੇ ਹੈ ਉਹ ਤਿੰਨ ਨਾ ਹੋਵੇ। ਟਿੱਕ ਲਗਾ ਦਿਉ ਬੀ 'ਤੇ, ਆਪਸ਼ਨ ਬੀ। ਰੇਖੀ ਸਮੀਕਰਨਾਂ ਦੇ ਜੋੜੇ ਨੂੰ ਅਲੇਖੀ ਵਿਧੀ ਮਤਲਬ ਗ੍ਰਾਫ ਨਾਲ ਜਦੋਂ ਹੱਲ ਕਰਦੇ ਹਾਂ, ਜੇਕਰ ਖਾਵਾਂ ਇੱਕ ਬਿੰਦੂ 'ਤੇ ਕੱਟਣਾ, ਇਸ ਤਰ੍ਹਾਂ ਕੱਟ ਜਾਣਾ, ਤਾਂ ਇਹਨੂੰ ਕੀ ਬੋਲਦੇ ਆ? ਜਦੋਂ ਇੱਕ ਬਿੰਦੂ 'ਤੇ ਕੱਟਣਗੇ ਤਾਂ ਕਿੰਨੇ ਹੱਲ ਹੋਣਗੇ? ਯੂਨੀਕ ਸਲਿਊਸ਼ਨ, ਇੱਕ ਹੱਲ, ਕੋਈ ਡਾਊਟ ਹੀ ਨਹੀਂ। ਕੱਟਣਾ ਈ ਦੀ ਸੰਭਾਵਨਾ ਅਤੇ ਕੱਟਣਾ ਈ ਨਹੀਂ ਦੀ ਸੰਭਾਵਨਾ, ਜੋ ਦੋਨਾਂ ਜੋੜ ਕਰਦਿਆਂ ਦਾ ਮੁੱਲ ਕਿੰਨਾ ਹੁੰਦਾ? ਇੱਕ। ਕਿਸੇ ਘਟਨਾ ਦਾ ਹੋਣਾ ਅਤੇ ਨਾ ਹੋਣਾ, ਬਾਕੀ ਇਹ ਸਾਰੀਆਂ ਨੇ ਸਾਰੀਆਂ ਐਕਸਰਸਾਈਜ਼ ਤੁਹਾਨੂੰ ਮੇਰੇ ਚੈਨਲ 'ਤੇ ਮਿਲ ਜਾਣਗੀਆਂ। ਅਤੇ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ, ਤਾਂ ਜੋ ਤੁਹਾਨੂੰ ਉਹ ਮਿਲ ਜਾਣ, ਲੱਭ ਜਾਣ। ਪਲੇਲਿਸਟ ਆਪਣੀ 10th ਦੀ ਬਣੀ ਵੀ, ਉਹਦੇ ਵਿੱਚ ਹੈਗੇ ਨੇ ਸਾਰੇ ਚੈਪਟਰ। ਸਮੀਕਰਨਾਂ ਦੇ ਜੋੜੇ ਕਿਹੜੇ? ਐਕਸ ਜੋੜ ਵਾਈ ਬਰਾਬਰ ਪੰਜ, ਐਕਸ ਘਟਾਓ ਵਾਈ ਬਰਾਬਰ ਹੈ ਦੋ। ਇਹਦੇ ਕਿੰਨੇ ਹੱਲ ਹੋਣਗੇ? ਤਾਂ ਦੇਖੋ ਇਹਦਾ ਕੋਫੀਸ਼ੀਐਂਟ ਕਿੰਨਾ? ਇੱਕ ਇੱਕ ਇੱਕ। ਤਾਂ ਆਪਾਂ ਲਿਖੀਏ ਇੱਕ ਵਟੇ ਇੱਕ ਬਰਾਬਰ ਨਹੀਂ ਇੱਕ ਵਟੇ ਮਾਈਨਸ ਇੱਕ। ਜਦੋਂ ਏ ਵਨ ਵਟੇ ਏ ਟੂ ਬੀ ਵਨ ਵਟੇ ਬੀ ਟੂ ਬਰਾਬਰ ਨਾ ਹੋਣ, ਤਾਂ ਉਦੋਂ ਆਪਾਂ ਨੂੰ ਪਤਾ ਕਿੰਨੇ ਹੱਲ ਹੁੰਦੇ ਨੇ? ਇੱਕ ਹੱਲ। ਇੱਕ ਹੱਲ ਕਹਿ ਲਓ ਜਾਂ ਵਿਲੱਖਣ ਹੱਲ, ਤਾਂ ਵਿਲੱਖਣ ਦੇ ਉੱਤੇ ਆਪਾਂ ਟਿੱਕ ਲਗਾ ਦੇਣੀ। ਇੱਕ ਰੁਪਏ ਦੇ ਇੱਕ ਸਿੱਕੇ ਨੂੰ ਉਛਾਲਣ 'ਤੇ ਚਿੱਤ, ਇੱਕ ਹੈੱਡ ਹੁੰਦਾ ਚਿੱਤਰ ਮਤ ਚਿੱਤਰ, ਦੂਜਾ ਟੇਲ, ਤਾਂ ਕਿੰਨੀ ਸੰਭਾਵਨਾ ਉਹਦੀ? ਇੱਕ ਵਟੇ ਦੋ। ਹੁਣ ਕਹਿੰਦੇ ਸਿੱਕਾ ਦੋ ਰੁਪਏ ਦਾ ਲੈ ਲਿਆ, ਹੁਣ ਸਿੱਕਾ ਦਾ ਜਾਂ ਜਿੰਨੇ ਮਰਜ਼ੀ ਦਾ ਲੈ ਲਓ, ਸਿੱਕਾ ਤਾਂ ਇੱਕੋ ਹੀ ਹੈ ਨਾ, ਤਾਂ ਉਹਦੇ ਵਿੱਚ ਵੀ ਚਿੱਤ ਆਉਣ ਦੀ ਸੰਭਾਵਨਾ ਕਿੰਨੀ ਹੋਊਗੀ? ਇੱਕ ਵਟੇ ਦੋ। ਸਿੱਕਾ ਮੈਟਰ ਨਹੀਂ ਕਰਦਾ, ਉਹਨਾਂ ਨੇ ਪੁੱਛਿਆ ਚਿੱਤ ਹੀ ਹੈ, ਮਤਲਬ ਹੈੱਡ ਆਉਣ ਦੀ ਸੰਭਾਵਨਾ ਕਿੰਨੀ ਹੈ? ਕਈ ਵਾਰੀ ਖੇਡਣ ਵਗ ਜਾਂਦਾ ਗਰਾਊਂਡ ਦੇ ਵਿੱਚ, ਹੁਣ ਇੱਕ ਰੁਪਏ ਦਾ ਸਿੱਕਾ ਨਹੀਂ ਮਿਲਦਾ, ਤਾਂ ਆਪਾਂ ਪੰਜ ਰੁਪਏ ਵਾਲੇ ਸਿੱਕੇ ਨਾਲ ਵੀ ਟੌਸ ਕਰ ਲੈਂਦੇ ਹਾਂ, ਠੀਕ ਹੈ। ਪਾਈ ਕੀ ਹੈ? ਬਹੁਤ ਵਾਰੀ ਕਰਾਤਾ ਅਪਰ ਮੇ ਕੀ ਹੈ? ਇਰ ਰੈਸ਼ਨਲ, ਕਿਉਂਕਿ ਅੰਗਰੇਜ਼ੀ ਮੀਡੀਅਮ 'ਚ ਅਜੇ ਪੇਪਰ ਆਇਆ ਹੀ ਨਹੀਂ ਸੀ। ਇਰ ਰੈਸ਼ਨਲ, ਕਿਉਂਕਿ ਪਾਈ ਦੀ ਵੈਲਿਊ ਕਿੰਨੀ? 3.14। ਅੱਗੇ ਕਈ ਬੱਚੇ 2.8 ਲਈ, 1.4, 1.5, ਇਸ ਤਰ੍ਹਾਂ ਅੱਗੇ ਅੱਗੇ ਕੰਟੀਨਿਊਸਲੀ ਚੱਲਦੀ ਰਹਿੰਦੀ, ਮੁੱਕਦੀ ਹੀ ਨਹੀਂ। ਰੇਖੀ ਬਹੁਪਦ ਦੀ ਘਾਤ ਕਿੰਨੀ ਹੁੰਦੀ ਹੈ? ਇੱਕ। ਰੇਖੀ ਦਾ ਭਾਵ ਆ ਜਿਵੇਂ ਐਕਸ ਜੋੜ 5, ਐਕਸ ਜੋੜ 7, ਇਹ ਰੇਖੀ ਨਹੀਂ, ਤਾਂ ਇੱਥੇ ਐਕਸ ਦੀ ਪਾਵਰ ਕਿੰਨੀ ਹੈ? ਇੱਕ। ਇੱਕ ਅਭਾਸ ਸੰਖਿਆ ਦੇ 3 ਜਾਂ 3 ਤੋਂ ਵੱਧ ਗੁਣਨਖੰਡ ਹੁੰਦੇ ਨੇ, ਅਭਾਸ ਸੰਖਿਆ ਮਤਲਬ 5 ਲੈ, ਤਾਂ 5 ਦੇ ਗੁਣਨਖੰਡ ਕਿੰਨੇ ਹੈ? 1 ਅਤੇ 5। ਆਪਾਂ ਲੈ ਲਈ 13, ਇਹਦੇ ਕਿੰਨੇ ਗੁਣਨਖੰਡ ਹੈ? 1 ਅਤੇ 13। 17 ਲੈ ਲਓ, ਇਹਦੇ ਕਿੰਨੇ? 1 ਅਤੇ 17। ਤਾਂ ਕਿਸੇ ਵੀ ਅਭਾਸ ਸੰਖਿਆ ਦੇ 2 ਜਾਂ 2 ਤੋਂ ਵੱਧ ਗੁਣਨਖੰਡ ਨਹੀਂ ਹੋ ਸਕਦੇ, 2 ਹੀ ਹੋ ਸਕਦੇ ਨੇ, ਤਾਂ ਇਹ ਕਥਨ ਕੀ ਹੋ ਗਿਆ ਆਪਣਾ? ਗਲਤ। ਕਿਸੇ ਪਾਸੇ ਨੂੰ ਸੁੱਟਣ 'ਤੇ, ਪਾਸਾ ਬੇਟਾ ਲੁੱਡੋ ਵਾਲੇ ਦੀ ਗੱਲ ਕਰਦੇ ਨੇ, ਅਭਾਸ ਸੰਖਿਆ ਪ੍ਰਾਪਤ ਹੋਣ ਦੀ ਸੰਭਾਵਨਾ ਕਿੰਨੀ ਹੈ? ਅਭਾਸ ਸੰਖਿਆ ਮਤਲਬ ਪ੍ਰਾਈਮ ਨੰਬਰ, ਪਾਸੇ 'ਤੇ ਪ੍ਰਾਈਮ ਨੰਬਰ ਕਿਹੜੇ ਕਿਹੜੇ ਹੁੰਦੇ? 2, 3, 5। ਤਾਂ ਇਹਦੀ ਸੰਭਾਵਨਾ ਕਿੰਨੀ ਹੋ ਗਈ? ਪ੍ਰੋਬੇਬਿਲਿਟੀ ਅਭਾਸ 3 ਹੋ ਗਿਆ, ਟੋਟਲ ਕਿੰਨੇ ਨੰਬਰ ਹੁੰਦੇ ਆ? 6, ਕੱਟ ਕੇ ਆ ਗਿਆ 1/2। ਤਾਂ ਕਥਨ ਕੀ ਹੋ ਗਿਆ ਆਪਣਾ? ਸਹੀ।
किसी दो घाती बहुपद के तीन सिफर हो सकते हैं, आ दो घाती बहुपद है तो यह तुम पढ़िया वै जिनी घाती बहुपद है वो बद तो बद उन्ने सिफर हो सकते, तो दो घाती दे भी बद तो बद किन्ने हो सकते हैं, दो ही हो सकते, इन्होंने तीन कहते तो आप लावे गलत, तो कथन की है गलत। क्लीयर हो गया ना? ठीक है, हम आप सोलवा सवाल देखते हैं। कहने दो कौमा घटाओ एक कि हल है यदा, पर के देख लेना जे तो बराबर आ गया एक दे फिर ठीक है, नहीं तो ना सी, दो दूनी चार घटाओ तीन एक तीन घटाओ घटाओ की बन गया जोड़, एक घटाओ आसी घटाओ आसी तो चार से तीन किन्ने होंगे सत्त हैगा, सत्त एक दे बराबर सबनों पता नहीं है, तो कथन की हो गया गलत, की है कथन गलत। चलिए अगे, हूँ अगे चलते आप बड़े सवालों वाल, दो दो अंक वाले 5005 नूं अभाज गुणनखंड गुणनफल के रूप में दर्शाओ, 5005 हैगा काम निक्के बच्चों ही है, पहला पांच ते गया किन्ना गया 1001, इत्थे आपां नूं सुझदा नहीं कीते जाऊगा तो आप सत्त ते वंड के देख लैने, सत्त एकम सत्त तीह, सत्त चौका 28, दो बच गए 21, पूरे क्लीयर है भी 11 ते जाऊगा 13 ते गया 1, भावें मैं इत्थे छड्डिया जाए भावें मैं लिख दो इदा 5 × 7 × 11 × 13 की है 5005, क्योंकि उन्होंने आख्या जी गुणनफल के रूप से दर्शाओ, तो यह गल आ वाला जो अपना है घंटे इनू लिख ही दियो, ये थोड़ा की है आंसर है। ठीक है जी, एक दो घाती बहुपद क्वाड्रेटिक पॉलीनोमियल सिफर का जोड़ तो गुणनफल दे रखे, हूँ ही आप सिफर का जोड़ कि -b/a कि 4, गुणनफल c/a कि 1, बस अपन पता बटे 1 लिख दो, इदू बाद सवाल च कुछ भी नहीं रहा। समीकरण की होंगे ax^2 + bx^c = 0, ए का मुल किन्ना है दोनों के नीचे देखो 1, बी का मुल किन्ना है उपरों देखो जिथे बी लिखे जिते एरो लाया मैंने, बी बराबर है 4, लेकिन बी दे मूहरे घटाओ लगी है तो किन्ना बन गया घटाओ 4x, सी का मुल किन्ना है जिते दूजा एरो लाया मैंने 1 बराबर 0 लिखने लिख दो, नहीं लिखनी कोई गल नहीं, तो समीकरण आ गई x^2 + 4x = 0। चलिए अगे, क्रिकेट टीम के एक कोच ने 3900 रुपए के 3 बल्ले तो 6 गेंदा खरीदिया, हूँ बल्ले नूं मैं x लूँगा गेंद नूं मैं 22, बाद विच उसने एक होर बल्ला ते 3 गेंदा ले लिया, बीज गणितक रूप से दर्शाउणा, हल नहीं करन नूं कहा कला दर्शाउण नूं कहा, 3 बल्ले बल्ला मतलब एक्स गेंदा मतलब 22, किन्ने दिया ने 3900 दिया, दोबारा फिर लेता 1 बल्ला 3 गेंदा किन्ने दिया 1300, इन्ने ही लिख दिए तुहाडा की है आंसर है उत्तर है। चलिए ओके, एक सलेटी पासा तो एक लाल पासा, रंगा नाल कोई फर्क नहीं पैंदा, आए मान लो दो पासे ने, संभावना लैनी है भी जिहड़े उत्ते अंक आउण उपर की आवे 8, किन्ना आवे 8, तो टोटल आपां नूं पता 6 एक ते नंबर हुंदे 6 दूजे ते, तो टोटल किन्ने कंबीनेशन बन गए 36, लिखना होवे तां लिख भी सकदे जिवें 1 1 1 2 1 3, ये सब कंबीनेशन है, पहले दे 1 आवे दूजे दे 1, पहले दे 1 दूजे दे 2, पहले दे 1 दूजे दे 3, इस तरह 1 5 फिर 1 6, हुण 6 तां इहदे हो गए, फिर पहले 2 1 2 2 2 3, इस तरह टोटल कंबीनेशन किन्ने बनते हैं 36, पर मैनू कि चाहिए ने जीते जोड़ कि हो 8 मतलब 2 6 3 5 4 4 अगे 5 3 अगे 6 ते 2,
सिर्फ पांच कंबीनेशन इदा देने जिन्ना जे बनता बटे कि आ गया 36 ये की है पी 8 भी जोड़ा जोड़ा कि 8 तोरी संभावना कि पांच बटे 36 पांच बटा 36 क्लीयर हो गया। ठीक है 52 बत्तियां दी चंगी तरह फैंती हुई ताश है ताश 52 बत्ते ही होंगे जे ना लिखने तो भी यही मनना है। अपना किड़ा लेना है फेस कार्ड तस्वीर वाला पत्ता पी तस्वीर अंग्रेजी की बोलते हैं अपना फेस तो सबन पता फेस कार्ड आप किन्ने मन के चलते हैं 12/52 जे क्यू के चार जेआ होंदिया गुलाम कह दें आप चार क्यू होंगे क्यों कह दें चार किंग होंगे तो कट के 3/13 तो यह की एक आंसर है इन्ना की कम है 135 इतने 225 का एच सी एफ पता करना है केड़ी विधि ना यूक्लिड बंड एलगोरिथम तो बड़ी ही सौखी विधि है हालांकि आप आम इस्तेमाल नहीं करते तो देखो 225 बराबर है 135 × 1 जोड़ 90 135 एक 135 प्लस 90 ये जोड़ा कि 225 हूँ इतों 135 चक लेना है आ बड़ी रकम 135 की है 90 × 1 जोड़ 45 90 × 90 90 × 45 135 हूँ उस तो बाद की चकना है 90 किन्ना 45 × 2 जोड़ 0 जो 0 आ गई दैट मीन आ जड़ा बच गया मूहरे ये तो की है एच सी एफ कि 45 जे इतों ना पता लगे इदा ये बाद चो लिख लियो एक बारी तुसी इहदे नाल करके देख लिया करो जिवें थोड़ा पुराना मैथड एक ते गया 135 90 बच गए 135 अंदर बिल्कुल आही चीज़ है पर लिखन का तरीका ही बदले 45 90 दो ते गया 90 कम खत्म तो 45 की आ गया जी एच सी एफ लिखना उमें जिमें मैं पहला लिख के दिखाया से समझ गए बेटा वेरी गुड दो का तिबो पा दे सिफर पता करने ने बड़ा सौखा कम है एक्स डी तो घटाओ 2x − 8 आप 7th 8th के बच्चे शुरू कर दें करना उदू बाद आप करी जाने एक्स डी तो घटाओ 4x + 2x − 8 सिफर पता करने वास्ते मैं बराबर 0 लिखता एक्स सांझा x − 4 2x − 4 x − 4 सांझा निकल गया x + 2 = 0 तो जे मैं इनू 0 रखूँगा x − 4 तो एक्स का मुल कि आजू 4 जे मैं इनू 0 रखूँगा तो एक्स का मुल कि आजू −2 क्योंकि 2 ने दूजे पासे जाना है सज्जे पासे तो एक्स का मुल है 4 − 2 जो स्क्रीन पर नज़र आ रहे बस इन्ना ही करना है। अगे अनुपात ने a1/a2 b1/b2 c1/c2 कहने इन्हों की तुलना करके दसना है भी जिहड़ा रेखी समीकरण का जोड़ा है भी ये भी जिहड़ा रेखी समीकरण जोड़ा आपां लिखिया इत्थे लिखिया हुआ भी इहदा जिहड़ा मुल है वह संगत है असंगत है a1/a2 3/2 हुण b1/b2 2/3 तो इत्थे देखो भी बराबर है कि नहीं बराबर तो साफ पता लग रहा बराबर नहीं है जो a1/a2 बराबर ना हो b1/b2 तो c1/c2 तो देखने की लोड़ ही नहीं इतों ही पता लग जाता भी की ने संगत ने कंसिस्टेंट ने मतलब ये जो लिखे वो सही है ये नहीं है भी तर्क संगत गल है आ संगत गल नहीं है कि तो आंसर लिखना है संगत। अपाज गुणनखंड विधि 8, 9 ते 25 दे एल सी एम पता करना 8 की हिंदा 2 × 4 = 8 9 × 3 = 9 25 × 5 = 25 तो एल सी एम कितना बन गया
दो गुणा कुछ भी सांझा नहीं है, गुणा तीन गुणा तीन गुणा पाँच गुणा पाँच, दो दुनी चार, चार दुनी अठ, अठ ती है चौबी, चौबी ती है बहत्तर, बहत्तर पाँजा तीन सौ सठ, तीन सौ सठ पाँजा आंसर उपर लिख दें अठारह सौ। तो यह थोड़ा की बन गया एल सी एम। क्लीयर हो गया बेटा? चलो अगे अगे इनू बन भाग करना है एक्स प्लस दो कि दो एक्स दी दो जोड़ तीन एक्स जोड़ एक, पहला किन्ने ते गया दो एक्स ते, दो एक्स दी दो फिर दो एक्स दी वापस दो ना गुणा करनी है चार एक्स माइनस माइनस इतने जोड़ लिख लिया करो, कट गया चार चो तीन कटिए माइनस एक्स प्लस एक, हूँ किन्ने ते गया माइनस एक ते, तो माइनस एक्स माइनस दो ये प्लस बन गया, ये भी प्लस बन गया, कट गया नीचे कितना बच गया तीन। तो ये अपना की आ गया आंसर आ गया पेपर जिदा ही लिखा ही भावा दी, ठीक है। जोड़ा तीन नीचे बचे की बोलते हैं रिमेंडर जा बाकी, आ जोड़ा आ गया तो की है भागफल क्वेश्चन। समीकरण जोड़े न प्रतिस्थापन विधि डिस्पलेस करना है, तो देखो एक्स माइनस बाई कि अपने को चार, तेनों एक्स का मुल कि बन गया चार जोड़ बाई, जिहड़ी चीज़ जमा सौखी है पहला उन्होंने ही चक लो, चक लिया हूँ ये मुल न एक नंबर समीकरण की सी एक्स जोड़ बाई बराबर है चौदह, ये च रख दो चार जोड़ बाई, एक्स का मुल मैंने इतों भरता जोड़ बाई बराबर है चौदह, बाई बाई दो बाई बराबर है चौदह कटाओ चार दस, तो दो बाइया का मुल कि दस, तो एक बाई का मुल कि हो पाँच, दो बाइया का मुल कि दस, तो एक बाई का मुल कि हो गया पाँच। हुण बाई का मुल पता लग गया, हुण एक्स का मुल बड़ा सौखा है क्योंकि एक्स जोड़ बाई कि चौदह, तो एक्स जोड़ पाँच बराबर है चौदह, तो एक्स बराबर है चौदह कटाओ पाँच बराबर है नौ, तो एक्स का मुल नौ बाई का मुल पाँच, ये थोड़ा की है आंसर है एक्स बराबर नौ बाई बराबर पाँच। लास्ट सम अज का, एक थैले तीन लाल ते पंज कालियां गेंदा ने, कड्डी की गेंद की होवे लाल, तो लाल गेंद की किन्नी संभावना है, किन्नियां लाल गेंदा तीन, टोटल किन्नियां ने तीन ते पंज अठ, तो आंसर आ गया तीन बटे अठ। उम्मीद है तुहानू सारा पेपर चंगी तरह समझ लग गया होगा, वध तो वध चैनल नू सबसक्राइब आप भी करो, दोस्तों मित्रों तो कराओ, थैंक यू।